ਗੁਰਮਖ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਕੁਝ ਬੇਨਤੀਆਂ ਅੱਜ ਆਪਾਂ ਖਾਸ ਤੌਰ ਤੇ ਸਾਂਝੀਆਂ ਕਰਨੀਆਂ ਨੇ ਸਤਗੁਰੂ ਕਿਰਪਾ ਕਰਨ ਮੇਰਾ ਕਰਨ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਧੀਰ ਸੂਰੀ ਦਾ ਇਸ ਤਰ੍ਹਾਂ ਕਤਲ ਹੋਇਆ ਹੈ ਸ਼ਾਇਦ ਵੀਡੀਓ ਤੁਸੀਂ ਵੇਖ ਵੀ ਲਈ ਹੋਊਗੀ ਨਹੀਂ ਵੇਖੀ ਤਾਂ YouTube ਤੇ ਸਰਚ ਮਾਰ ਕੇ ਜ਼ਰੂਰ ਵੇਖ ਲਿਓ ਖੈਰ ਸੁਧੀਰ ਸੂਰੀ ਦੇ ਕਤਲ ਦਾ ਇਲਜ਼ਾਮ ਜਿਹੜਾ ਹੈ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਲਗਾਇਆ ਜਾ ਰਿਹਾ ਹੈ ਸੋ ਕੀ ਸੱਚ ਹੈ ਕੀ ਝੂਠ ਹੈ ਮੈਂ ਕੁਝ ਬੇਨਤੀਆਂ ਜੜੀਆਂ ਨੇ ਖਾਸ ਤੌਰ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਕਿਰਪਾ ਕਰਨ ਮੇਰਾ ਕਰਨ ਗੁਰਮਖੋ ਸਾਰੇ ਜਣੇ ਨਾਲ ਜੁੜੇ ਰਹੋ ਫਤਿਹ ਬਲਾਓ ਆਰੰਭ ਤੱਕ ਰਹੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮਖੋ ਅੱਜ ਪੰਜਾਬ ਦੇ ਵਿੱਚ ਨਵਾਂ ਜਿਹੜਾ ਕਾਂਡ ਵਾਪਰਿਆ ਹੈ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਿਵ ਸੈਨਾ ਪ੍ਰਮੁੱਖ ਆਗੋ ਸੁਧੀਰ ਸੂਰੀ ਦਾ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸ਼ਾਮਾਂ ਨੂੰ ਇਹ ਖਬਰ ਜਦੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾ ਅੱਗ ਦੇ ਵਾਂਗ ਫੈਲ ਗਏ ਸੁਧੀਰ ਸੂਰੀ ਉਹੀ ਹੈ ਜਿਸ ਨੇ ਜਿਹੜੀ ਗੱਲ ਕੀਤੀ ਸੀ ਸਿੱਖ ਧਰਮ ਦੇ ਬਾਰੇ ਖਾਲਿਸਤਾਨ ਨੂੰ ਗਾਲਾਂ ਤੱਕ ਵੀ ਕਢੀਆਂ ਗੁਰੂ ਨਾਨਕ ਪਾਤਸ਼ਾਹ ਬਾਰੇ ਵੀ ਅਪਸ਼ਬਦ ਬੋਲੇ ਸੁਧੀਰ ਸੂਰੀ ਦਾ ਕਤਲ ਹੋਇਆ ਤੇ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਮੀਡੀਆ ਨੇ ਪੂਰਾ ਅਹਿਮ ਰੋਲ ਨਿਭਾਇਆ ਕਿ ਇਸ ਕਤਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਖਾਲਸਾ ਪੰਥ ਨੂੰ ਦਿੱਤੀ ਜਾਵੇ ਕੌਮ ਨੂੰ ਦਿੱਤੀ ਜਾਵੇ ਇਸ ਕਤਲ ਦੀ ਜ਼ਿੰਮੇਵਾਰੀ ਅਮਰਤਪਾਲ ਸਿੰਘ ਓਟੇ ਇਹ ਪੂਰਾ ਜ਼ੋਰ ਲਾਇਆ ਗਿਆ ਪਰ ਮੈਂ ਇੱਕ ਬੇਨਤੀ ਜਿਹੜੀ ਐ ਸਾਫ਼ ਕਰ ਦੇਵਾਂ ਗੁਰਮਖੋ ਅਮਰਤਪਾਲ ਸਿੰਘ ਹੀ ਕਿਉਂ ਕਿਉਂਕਿ ਅਮਰਤਪਾਲ ਸਿੰਘ ਹੋ ਸਕਦਾ ਇਹ ਕਤਲ ਕਰਵਾਇਆ ਗਿਆ ਹੋਵੇ ਜਾਣਬੁੱਝ ਕੇ ਅਮਰਤਪਾਲ ਸਿੰਘ ਹੋਰਾਂ ਦੀ ਚੜ੍ਹਦੀ ਕਲਾ ਜੋ ਹੈ ਵੇਖੀ ਨਹੀਂ ਜਾ ਰਹੀ ਇਸ ਚੜ੍ਹਦੀ ਕਲਾ ਨੂੰ ਰੋਕਣ ਦੇ ਲਈ ਕਤਲ ਕਰਵਾ ਦਿੱਤਾ ਗਿਆ ਇਹ ਕਹਿੰਦੇ ਨੇ ਜਦੋਂ ਕਿਸੇ ਨੂੰ ਠੱਲ ਪਾਉਣੀ ਹੋਵੇ ਉਦੋਂ ਆਪਣੇ ਖੂਨ ਦੇ ਰਿਸ਼ਤੇ ਵੀ ਪਾਣੀ ਬਣ ਜਾਇਆ ਕਰਦੇ ਨੇ ਸ਼ਾਇਦ ਸੁਧੀਰ ਸੂਰੀ ਨੂੰ ਵਿੱਚੋਂ ਹੀ ਕਿਸੇ ਨੇ ਮਰਵਾ ਦਿੱਤਾ ਹੋਵੇ ਜਾਂ ਸਰਕਾਰਾਂ ਹੀ ਮਰਵਾ ਦਿੰਦੀਆਂ ਨੇ ਇਥੋਂ ਤੱਕ ਸੁਣਨ ਦੇ ਵਿੱਚ ਆਇਆ ਹੈ ਕਹਿੰਦੇ ਉਹ ਸੁਧੀਰ ਸੂਰੀ ਦੇ ਨਾਲ 27 ਤੋਂ 28 ਗਨਮੈਨ ਅਵੇਲੇਬਲ ਰਹਿੰਦੇ ਸੀ ਕੀ ਗੱਲ ਉਹ ਕੋਈ ਕਾਰਗਿਲ ਦੇ ਲੜਾਈ ਲੜ ਕੇ ਆਇਆ ਸੀ ਜਾ ਫਿਰ ਉਸ ਬੰਦੇ ਨੇ ਕੋਈ ਸਮਾਜ ਲਈ ਜਾਂ ਕੋਈ ਕਿਸੇ ਹੋਰ ਚੀਜ਼ਾਂ ਦੇ ਲਈ ਕੁਝ ਵੱਖਰੇ ਰੋਲ ਨਿਭਾਏ ਕੀ ਉਹ ਬੰਦਾ ਕੀ ਦੇ ਰਿਹਾ ਸੀ ਸਮਾਜ ਨੂੰ ਕੀ ਉਹ ਬੰਦਾ ਕੋਈ ਐਕਟਰ ਸੀ ਸੈਲੀਬ੍ਰਿਟੀ ਸੀ ਜਾਂ ਉਹ ਬੰਦਾ ਕੋਈ ਧਰਮ ਦਾ ਆਗੂ ਸੀ ਜਾਂ ਕੋਈ ਚੰਗਾ ਪ੍ਰਚਾਰ ਕਰ ਰਿਹਾ ਸੀ ਜਾਂ ਉਸ ਬੰਦੇ ਦੀ ਜਾਨ ਨੂੰ ਖਤਰਾ ਸੀ ਕਿਉਂ ਉਸ ਨੂੰ ਗਨਮਨ ਦਿੱਤੇ ਗਏ ਸੀ ਇਹ ਸਾਰੀਆਂ ਚੀਜ਼ਾਂ ਸੋਚਣ ਵਾਲਿਆਂ ਨੇ ਉਸ ਬੰਦੇ ਨੂੰ ਜਾਣ ਕੇ ਵੀ ਮਰਵਾਇਆ ਹੋਇਆ ਜਾ ਸਕਦਾ ਹੈ जानके भी कत्ल ਕੀਤਾ ਜਾ ਸਕਦਾ ਹੈ ਉਸ ਬੰਦੇ ਨੂੰ ਇਹ ਕੋਈ ਇੱਥੇ ਸੱਚ ਨਹੀਂ ਹੈ ਵੀ ਉਸ ਬੰਦੇ ਨੂੰ ਇਦਾਂ ਹੀ ਮਰਵਾਇਆ ਗਿਆ ਜਾਂ ਕੀ ਕਾਰਨ ਰਹੇ ਨੇ ਹੋ ਸਕਦਾ ਹੈ ਇਦਾਂ ਮਰਵਾ ਦਿੱਤਾ ਹੋਵੇ ਇਦਾਂ ਕਤਲ ਕਰਵਾ ਦਿੱਤਾ ਗਿਆ ਹੋਵੇ ਸੋ ਪਿਆਰਿਓ ਮੇਰੀ ਇੱਕ ਬੇਨਤੀ ਨੂੰ ਸਮਝਿਓ ਅਮਰਿਤਪਾਲ ਸਿੰਘ ਦਾ ਇਸ ਕਤਲ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਅਮਰਿਤਪਾਲ ਸਿੰਘ ਇਸ ਕਤਲ ਦੇ ਬਾਰੇ ਕੁਝ ਵੀ ਨਹੀਂ ਜਾਣਦੇ ਅਮਰਿਤਪਾਲ ਸਿੰਘ ਦਾ ਇਸ ਕਤਲ ਦੇ ਨਾਲ ਜੇ ਲੈਣਾ ਦੇਣਾ ਹੋਊਗਾ ਵੀ ਨਾ ਤਾਂ ਉਹ ਇਸ ਤਰ੍ਹਾਂ ਨਹੀਂ ਕਰਨਗੇ ਜੇ ਜਿੱਦਾਂ ਵੀ ਹੋਇਆ ਜਦੋਂ ਉਹ ਸਿਪ ਸੈਨਾ ਨੂੰ ਵਿਰੋਧ ਕਰਦਿਆਂ ਨੂੰ ਵੇਖਦੇ ਨੇ ਉਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਨੇ ਕਿ ਇਹਨਾਂ ਨੂੰ ਰੋਕੋ ਨਾ ਇਹਨਾਂ ਨੂੰ ਆਉਣ ਦਿਓ ਪੰਡਾਲ ਦੇ ਵਿੱਚ ਬੈਠਣ ਆ ਕੇ ਵੇਖਣ ਗੁਰੂ ਦੀ ਗੱਲ ਸੁਣਨਗੇ ਸ਼ਾਇਦ ਇਹਨਾਂ ਦੇ ਮਨ ਬਦਲ ਜਾਣ ਤੇ ਇਦਾਂ ਉਹ ਸੂਰੀ ਨੂੰ ਕਿਉਂ ਮਰਵਾਉਣਗੇ ਪਹਿਲੀ ਗੱਲ ਤੇ ਇਹ ਹੈ ਦੂਜੀ ਗੱਲ ਇਹ ਹੈ ਕਿ ਸੁਧੀਰ ਸੂਰੀ ਦਾ ਕੋਈ ਬਿਆਨ ਅਜੇ ਹਾ ਸਾਹਮਣੇ ਹੀ ਨਹੀਂ ਆਇਆ ਅਜੇ ਕੋਈ ਭੜਕਾਊ ਪ੍ਰਚਾਰ ਜਾਂ ਕੋਈ ਚੈਲੰਜ ਕੀਤਾ ਹੋਵੇ ਜਾਂ ਕਿਸੇ ਪ੍ਰਕਾਰ ਦਾ ਅਮਰਤਪਾਲ ਨੇ ਚੈਲੰਜ ਐਕਸੈਪਟ ਕੀਤਾ ਹੋਵੇ ਤਾਂ ਕਰਕੇ ਸੁਦੀਰ ਸੂਰੀ ਦਾ ਕਤਲ ਹੋ ਗਿਆ ਕੋਈ ਅਣਵਣ ਕੋਈ ਰੰਜਿਸ਼ ਵੀ ਦੋਨਾਂ ਦੇ ਵਿੱਚ ਨਹੀਂ ਰਹੀ ਹੈ ਤੇ ਫਿਰ ਆਪਾਂ ਕਿਹੜੇ ਬੁਨਿਆਦ ਕਿਹੜੇ ਮੁੱਦੇ ਦੇ ਉੱਪਰ ਸੁਦੀਰ ਸੂਰੀ ਦੇ ਕਤਲ ਦਾ ਇਲਜ਼ਾਮ ਜਿਹੜਾ ਉਹ ਇਸਤੇ ਲਗਾ ਰਹੇ ਆ ਕਿਸ ਦੇ ਉੱਤੇ ਇਲਜ਼ਾਮ ਲਗਾ ਰਹੇ ਆ ਕਦੇ ਸੋਚ ਕੇ ਵੇਖੋ ਕਦੇ ਵਿਚਾਰ ਕੇ ਵੇਖੋ ਇਹ ਗੱਲਾਂ ਸਾਨੂੰ ਸੋਚ ਲੈਣੀਆਂ ਚਾਹੀਦੀਆਂ ਨੇ ਵਿਚਾਰ ਲੈਣੀਆਂ ਚਾਹੀਦੀਆਂ ਨੇ ਪਰ ਅਸੀਂ ਤਾਂ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਜਿਹੜੀ ਹੈ ਨਾ ਉਹ ਸਿਰਫ ਤੇ ਸਿਰਫ ਉਹਨਾਂ ਨੂੰ ਦੇਣ ਚੱਲੇ ਆ ਜਿਹੜੇ ਲੋਕ ਅੱਜ ਕੌਮ ਦੇ ਲਈ ਨੇ ਕੌਮ ਦੇ ਰਾਖੇ ਨੇ ਜਾਂ ਜਿਹੜੇ ਲੋਕ ਕੌਮ ਦੇ ਲਈ ਅੱਜ ਵੱਖਰੀ ਸੋਚ ਰੱਖ ਕੇ ਚੱਲ ਰਹੇ ਨੇ ਉਹਨਾਂ ਲੋਕਾਂ ਨੂੰ ਅੱਜ ਅਸੀਂ ਗਿਣਦੇ ਪਏ ਆ ਸੁਧੀਰ ਸੂਰੀ ਦਾ ਕਤਲकांड ਵਾਪਰਦੈ ਅੰਮ੍ਰਿਤਸਰ ਪਹੁੰਚਦੇ ਨੇ ਡੀਜੀਪੀ ਗੌਰਵ ਯਾਦਵ ਜਿਹੜੇ ਡੀਜੀਪੀ ਪੰਜਾਬ ਦੇ ਉਹਨਾਂ ਨੇ ਇਸ ਘਟਨਾ ਤੋਂ ਬਾਅਦ ਜਿਹੜਾ ਦੌਰਾ ਕੀਤਾ ਮੌਕੇ ਦਾ ਜਾਇਜ਼ਾ ਲਿਆ ਸੁਧੀਰ ਕੁਮਾਰ ਸੂਰੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਮੁਲਜ਼ਮ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਉਦੋਂ ਟੁੰਗਾਈ ਦੇ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਇਸ ਘਟਨਾ ਦੇ ਵਿੱਚ ਸ਼ਾਮਲ ਹੋਇਆ ਕਹਿੰਦਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹਰ ਕਿਸੇ ਤੇ ਜਿਹੜੀ ਹੈ ਕਾਨੂੰਨ ਆਪਣੀ ਨਿਗ੍ਹਾ ਰੱਖ ਰਿਹਾ ਹੈ ਡੀਜੀਪੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਹਿੰਦਾ ਜੋ ਵਿਅਕਤੀ ਵਿਸ਼ੇਸ਼ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਡੀਜੀਪੀ ਨੇ ਜੋ ਗੱਲ ਕਹੀ ਹੈ ਇੱਥੇ ਡੀਜੀਪੀ ਕਹਿੰਦਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਇਸ਼ਾਰਾ ਅਮਰਤਪਾਲ ਦੇ ਵੱਲ ਹੈ ਜਦੋਂ ਸੁਧੀਰ ਸੂਰੀ ਵਰਗੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਜਦੋਂ ਸੁਧੀਰ ਸੂਰੀ ਵਰਗੇ ਜਿਹੜੇ ਸਿੱਖਾਂ ਦੇ ਅਕਸ਼ ਦੇ ਉੱਪਰ ਆਪਣੀ ਉਂਗਲ ਚੁੱਕਦੇ ਨੇ ਸਿੱਖਾਂ ਨੂੰ ਟਾਈਮ ਪਾਉਂਦੇ ਨੇ ਚੈਲੰਜ ਕਰਦੇ ਨੇ ਉਦੋਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੁੰਦਾ ਉਦੋਂ ਪੰਜਾਬ ਦਾ ਮਾਹੌਲ ਕਿੱਥੇ ਜਾਂਦਾ ਹੈ ਉਦੋਂ ਪੰਜਾਬ ਦੇ ਮਾਹੌਲ ਦੀਆਂ ਉੱਡ ਰਹੀਆਂ ਖਬਰਾਂ ਕਿੱਥੇ ਜਾਂਦੀਆਂ ਨੇ ਸੁਧੀਰ ਸੂਰੀ ਕੌਣ ਹੈ ਪਹਿਲਾਂ ਤਾਂ ਧਿਆਨ ਨਾਲ ਸੁਣ ਲਿਓ ਇਹ ਪ੍ਰਦਰਸ਼ਨ ਕਿਉਂ ਕੀਤਾ ਗਿਆ ਸੀ ਗੋਪਾਲ ਮੰਦਰ ਦੇ ਬਾਹਰ ਗੋਪਾਲ ਮੰਦਰ ਦੇ ਬਾਹਰ ਮੂਰਤੀਆਂ ਦੀ ਵਿਧਵੀ ਦੇ ਵਿਰੋਧ ਰੋਸ ਪ੍ਰਦਰਸ਼ਨ ਕਰ ਰਹੇ ਸੀ ਸਾਥੀਆਂ ਦੇ ਨਾਲ ਮੰਦਰ ਦੇ ਬਾਹਰ ਧਰਨੇ ਤੇ ਬੈਠੇ ਸੀ ਇਸ ਦੌਰਾਨ ਪੁਲਿਸ ਦੀ ਮੌਜੂਦਗੀ ਵਿੱਚ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਚਲੋ ਬਹੁਤ ਦੁੱਖ ਦੀ ਗੱਲ ਹੈ ਇੱਕ ਇਨਸਾਨੀਅਤ ਦੇ ਨਾਤੇ ਕਿ ਇੱਕ ਇਨਸਾਨ ਮਰਿਆ ਚਲੋ ਜਿਹੋ ਜਿਹਾ ਸੀ ਬੋਲਦਾ ਸੀ ਪਰ ਇੱਕ ਇਨਸਾਨੀਅਤ ਦੇ ਨਾਤੇ ਦੁੱਖ ਹੈ ਕਿ ਉਹ ਬੰਦਾ ਮਾਰਿਆ ਗਿਆ ਪਰ ਅਸਲ ਦੇ ਵਿੱਚ ਜੋ ਉਸ ਬੰਦੇ ਦੇ ਕਾ ਮਸੀਨਾ ਜੋ ਸਿੱਖ ਧਰਮ ਦੇ ਲਈ ਗੱਲਾਂ ਕਰਦਾ ਸੀ ਬੋਲਦਾ ਚੱਲਦਾ ਸੀ ਉਹਨੂੰ ਲੈ ਕੇ ਉਹ ਜਿਹੜਾ ਬੰਦਾ ਠੀਕ ਨਹੀਂ ਸੀ ਇਸ ਕਰਕੇ ਸੁਦੀਰ ਸੂਰੀ ਦਾ ਕਤਲ ਹੋਇਆ ਸੋ ਇਹ ਕਤਲ ਕਿਹਨੇ ਕੀਤਾ ਇਹਦੇ ਬਾਰੇ ਕੁਝ ਵੀ ਸਾਫ਼ ਨਹੀਂ ਹੋ ਸਕਿਆ ਜਿਸਨੇ ਕਤਲ ਕੀਤਾ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਮੈਂ ਜਿਹੜੀਆਂ ਬੇਨਤੀਆਂ ਸੀ ਕਿ ਅਲਰਟ ਰਹੋ ਅਮਰਤਪਾਲ ਸਿੰਘ ਹੋਰਾਂ ਨੂੰ ਅਜਿਹੇ ਮਸਲਿਆਂ ਦੇ ਵਿੱਚ ਹੀ ਉਲਝਾ ਕੇ ਇਹ ਲੋਕ ਖਤਮ ਕਰਨ ਦੀ ਵਿਉਂਤਬੰਦੀ ਬਣਾ ਰਹੇ ਨੇ ਹੋ ਸਕਦਾ ਹੈ ਸੁਧੀਰ ਸੂਰੀ ਨੂੰ ਆਪਣਿਆਂ ਨਹੀਂ ਮਰਵਾਤਾ ਹੋਵੇ ਇਲਜ਼ਾਮ ਅਮਰਤਪਾਲ ਸਿਰ ਦੇ ਮਰਦ ਨੂੰ ਫਿਰਦੇ ਹੁਣ ਇਹ ਸਾਰੀਆਂ ਗੱਲਾਂ ਨੇ ਗੁਰਮਖੋ ਸੋ ਮੈਂ ਇਹ ਜਿਹੜੀਆਂ ਬੇਨਤੀਆਂ ਨੇ ਤਾਂ ਕੀਤੀਆਂ ਨੇ ਕਿਉਂਕਿ ਅੱਜ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ ਜੇ ਅਗਰ ਅਮਰਤਪਾਲ ਤੇ ਉੱਪਰ ਕੋਈ ਵੀ ਐਕਸ਼ਨ ਹੁੰਦਾ ਤਾਂ ਸਾਨੂੰ ਇੱਕ ਜੋ ਟੋ ਕੇ ਸਾਥ ਦੇਣਾ ਚਾਹੀਦਾ ਹੈ ਹਾਂ ਸੁਧੀਰ ਸੂਰੀ ਦਾ ਜਿਹਨੇ ਕਤਲ ਕੀਤਾ ਉਹਦੇ ਉੱਪਰ ਕਾਰਵਾਈ ਹੋਵੇ जिने करवाया ਜਾਂ ਜਿਨੇ ਕੀਤਾ ਉਹਦੇ ਉੱਪਰ ਕਾਰਵਾਈ ਹੋਵੇ ਪਰ ਨਜਾਇਜ਼ ਕਿਸੇ ਨੂੰ ਤੰਗ ਨਾ ਕੀਤਾ ਜਾਵੇ ਮੇਰੀ ਇਹ ਬੇਨਤੀ ਸੀ ਪਿਆਰਿਓ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ